ਦਿਖਾਓ ਥੋੜਾ ਰਾਹ ਥੋੜਾ ਕੀ ਹੈ ਇਹ ਸਿਰਫ ਬਲਟ ਦੇ ਵਿੱਚ ਹੀ ਸਿਰਫ ਦੋ ਬੰਦੇ ਹੀ ਚੱਕ ਸਕਦੇ ਆ ਇੱਕ ਦਾ ਰੌਕ ਹਾਲੀਵੁੱਡ ਐਕਟਰ ਤੇ ਇੱਕ ਵਰਲਡ ਵਾਈਡ ਫੇਮਸ ਹਰਮਨ ਚੀਮਾ ਜੀ ਹੋਰ ਕੋਈ ਨਹੀਂ ਚੱਕ ਸਕਦਾ ਕਰਕੇ ਦਿਖਾਓ ਨਾ लंघ चलिया जुन सोनिए रहा करता उड़ीका तेरिया ओ तेरी कार ना मैं कल्ले कल्ले आ गया वो कर तू मैं लीक गल्ला सारियां लपेटियां चेतिया मैं तू चेतिया तू छुट्टी हुंदी हुंदी सी सलेटियां चेतिया ओ नेड़े हो के सुन भी पासा डी हट बीती वो फेल कराता पिए जो तू चंगी कीती वो कह के चली नाल के चोरी ब्याह करवाया You are very bad girl, sannu kaad na paya. ਸ਼ੇਕਾਲ ਮੈਂ ਹਰਪ੍ਰੀਤ ਕੌਰ ਪਿੰਡੂ ਨਿਊਜ਼ ਮੀਡੀਆ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸੋ ਤੁਹਾਨੂੰ ਦੱਸ ਦੇ ਕਿ ਅੱਜ ਅਸੀਂ ਚੀਮੇ ਉਸਤਾਦ ਦੇ ਨਾਲ ਇੰਟਰਵਿਊ ਕਰਨ ਦੇ ਲਈ ਪਹੁੰਚੇ ਤੇ ਅੱਜ ਉਹਨਾਂ ਦੇ ਨਾਲ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਜਿਹੜਾ ਪ੍ਰੈਜ਼ੈਂਟ ਟਾਈਮ ਆ ਪ੍ਰੈਜ਼ੈਂਟ ਟਾਈਮ ਦੇ ਵਿੱਚੋਂ ਕੀ ਕਾਰਨ ਨੇ ਅੱਜ ਆਪਾਂ ਉਹਨਾਂ ਦੇ ਗੱਲਬਾਤ ਸਾਂਝੀ ਕਰਦੇ ਹਾਂ ਸਤਿ ਸ਼੍ਰੀ ਅਕਾਲ ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਪਿੰਡੂ ਮੀਡੀਆ ਦੇ ਅਫੀਸ਼ੀਅਲ YouTube ਚੈਨਲ ਤੇ ਮੈਨੂੰ ਸਾਰੇ ਸਰੋਤੇ ਦੇਖ ਰਹੇ ਆ ਜੀ ਸਾਰਿਆਂ ਦਾ ਤਹਿ ਦਿਲੋਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ अच्छा एक ਤੁਹਾਡਾ ਗਾਣਾ ਆਉਣਾ ਸੀਗਾ ਥੋੜੇ ਦਿਨ ਪਹਿਲਾਂ ਇੱਕ ਮੈਂ ਤੁਹਾਡੀ ਪੋਸਟ ਦੇਖੀ ਸੀ ਉਹ ਗਾਣਾ ਕਿਹੜਾ ਸੀ ਥੋੜਾ ਜਿਹਾ ਸੁਣਾਓ ਦਰਸ਼ਕਾਂ ਨੂੰ ਆਪਣਾ ਗਾਣਾ ਦਾ ਉਹ ਗਾਣਾ ਸੀ ਉਹ ਵੇਖੀ ਅੰਬਰਾਂ ਦਾ ਮੁੰਨ ਸੋਣੀਏ ਲੰਘ ਚੱਲਿਆ ਏ ਜੁਨ ਸੋਣੀਏ ਰਹਾ ਕਰਦਾ ਉਡੀਕਾਂ ਤੇਰੀਆਂ ਦਿਨ ਸਾਨੂੰ ਸੋਣ ਸੋਣੀਏ ਇਹ ਗਾਣਾ ਮਤਲਬ ਆਣ ਲੱਗਿਆ ਜੀ ਮੇਰਾ ਮੈਂ ਕਰ ਰਿਹਾ ਜਲਦੀ ਮਤਲਬ ਕਿ ਜਿਹੜੀ ਗਾਣੇ ਦੀ ਸ਼ੂਟਿੰਗ ਆ ਕਿੱਥੇ ਕਰ ਰਹੇ ਹੋ ਇਹ ਆਪਾਂ ਬਾਹਰ ਕਰ ਰਹੇ ਹਾਂ ਜੀ ਪੈਰਿਸ ਕਰ ਰਹੇ ਹਾਂ ਜੀ ਮੈਂ ਇਹ ਤੇ ਸੁਣਨ ਦੇ ਵਿੱਚ ਆਇਆ ਵੀ ਤੁਹਾਡੀਆਂ ਬਾਹਰ ਜਾਣ ਦੀਆਂ ਤਿਆਰੀਆਂ ਨੇ ਕਦੋਂ ਜਾ ਰਹੇ ਹੋ ਬਾਹਰ ਫਿਰ ਤੁਸੀਂ ਬਸ ਜੀ ਹੁਣ ਚੱਲ ਜਾਣਾ ਬਸ ਤਿਆਰੀ ਹੈ ਜੀ 15 20 ਦਿਨਾਂ ਤੱਕ ਚੱਲ ਜਾਣਾ ਜੀ 15 20 ਦਿਨਾਂ ਤੱਕ ਸੋ ਬਾਹਰ ਜਾ ਕੇ ਹੁਣੇ ਆਪਣੀ ਮਤਲਬ ਕਿ ਜਿਹੜੀ ਵੀਡੀਓ ਹੈ ਉਸ ਦੀ ਸ਼ੂਟਿੰਗ ਬਾਹਰ ਜਾ ਕੇ ਕਰਨਗੇ ਸੋ ਜੇ ਆਪਾਂ ਹੁਣ ਗੱਲ ਕਰੀਏ ਤੁਹਾਡੀਆਂ ਕੁਆਲਟੀਆਂ ਦੀ ਕੁਝ ਕੁਆਲਟੀਆਂ ਤੇ ਪਹਿਲਾਂ ਫੈਮਿਲੀ ਬਾਰੇ ਗੱਲ ਕਰ ਲਈਏ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੁਹਾਡੇ ਪਰਿਵਾਰ ਦੇ ਵਿੱਚ ਮੰਮੀ ਡੈਡੀ ਤੇ ਬ੍ਰਦਰ ਮੈਂ ਆ ਜੀ ਤੇ ਬ੍ਰਦਰ ਬ੍ਰਦਰ ਕੀ ਕਰਦੇ ਹੁੰਦੇ ਤੁਹਾਡੇ ਬ੍ਰਦਰ ਮੇਰਾ ਹੁਣ ਸਟੱਡੀ ਕਰਦਾ ਜੀ ਆਈਲਟਸ ਕੀਤੀ ਹੈ ਜੀ ਉਹ ਵੀ ਚੱਲਾ ਜੀ ਬਾਹਰ ਓਕੇ ਪਾਪਾ ਪਾਦੂ ਸਾਹਿਬ ਦੇ ਕੰਮ ਕਰ ਕਰਦੇ ਆ ਤੇ ਇੱਕ ਹੁਣ ਜਦੋਂ ਤੁਹਾਡੀ ਮੁੱਛਾਂ ਦੀ ਗੱਲ ਕਰ ਲਈ ਹਾਂਜੀ ਇਹ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਦੇਖਿਆ ਵੀ ਇਹ ਹੋ ਗਏ ਜੀ 2-3 ਸਾਲ ਦੋ ਕੁ ਤਿੰਨ ਸਾਲ ਹੋ ਗਏ ਜੀ ਰੱਖੀਆਂ ਨੇ ਜੀ ਮੁੱਛਾਂ ਤਾਂ ਜੀ ਕੀ ਰਾਜ ਇਹਨਾਂ ਦੇ ਵਿੱਚ ਕੋਈ ਰਾਜ ਵੀ ਜਿਵੇਂ ਕਈ ਵਾਰ ਕੋਈ ਇਹ ਰਾਜ ਤਾਂ ਜੀ ਰਾਜ ਹੀ ਹੈ ਜੀ ਇਹ ਰਾਜ ਮੇਰੇ ਨਾਲ ਹੀ ਜਾਣਾ ਜੀ ਇਹ ਦੱਸਣਾ ਨਹੀਂ ਤੁਸੀਂ ਨੇ ਇਹ ਦੱਸਣਾ ਨਹੀਂ ਰਾਜ ਜੀ ਫਿਰ ਮੁੰਡੇ ਮੇਰੀਆਂ ਰੀਸਾਂ ਕਰਨ ਲੱਗ ਜਾਂਦੇ ਨੇ ਕਹਿੰਦੇ ਨਵੇਂ ਮੁੰਡੇ ਰੀਸਾਂ ਕਰਦੇ ਆ ਜੀ 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 ਨਹੀਂ ਫਿਰ ਗਾਣਾ ਪੂਰਾ ਸੁਣਾ ਦੋ ਥੋੜਾ ਜਿਹਾ ਨਵੇਂ ਮੁੰਡੇ ਰੀਸਾਂ ਕਰਦੇ ਵੀ ਜੀ ਮੈਂ ਉਸਤਾਦ ਦੇ ਮੁੱਛਾਂ ਦੀਆਂ ਠੀਕ ਹੈ ਜੀ ਵਧੀਆ ਜੀ ਨੋਰਮਲ ਤੇਲ ਲਾਈਦਾ ਓਇਲ ਲਾਈਦਾ ਠੀਕ ਹੈ ਜੀ ਜੀ ਜੀ
ਤੇ ਜੇ ਆਪਾਂ ਹੁਣ ਤੁਹਾਡੀ ਪਰਸਨਲ ਲਾਈਫ ਦੀ ਗੱਲ ਕਰੀਏ ਜੀ 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 ਜ਼ਿੰਦਗੀ ਦੇ ਵਿੱਚ ਜਿਵੇਂ ਤੁਸੀਂ ਸੁਣਿਆ ਸੀ ਤੁਹਾਨੂੰ ਕਿਸੇ ਨਾਲ ਪਿਆਰ ਜ਼ਰੂਰ ਹੋਇਆ ਸੀ ਤੇ ਉੱਥੇ ਤੁਹਾਡਾ ਮਤਲਬ ਕਿ ਕਿਸੇ ਮੈਟਰ ਤੇ ਮੈਂ ਕਹਿੰਦਾ ਮੈਡਮ ਉਹ ਮੈਟਰ ਤੇ ਗੱਲੇ ਨਾ ਕਰੋ ਜੀ ਤੁਸੀਂ ਫਿਰ ਵੀ ਉਹ ਮੈਟਰ ਚੈਪਟਰ ਕਲੋਜ਼ ਹੀ ਕਰ ਮੈਂ ਕਹਿੰਦਾ ਕਾਹਨੂੰ ਕਰਨੇ ਕਾਹਨੂੰ ਛੇੜ ਦਿਓ ਤਾਰਾ ਉਹ ਚੈਪਟਰ ਕਲੋਜ਼ ਹੀ ਕਰ ਦੋ ਜੀ ਠੀਲੋੜੇ ਨਹੀਂ ਦੇਖੋ ਚਲੋ ਠੀਕ ਆ ਉਹ ਆਪਣੀ ਇੱਕ ਪਰਸਨਲ ਲਾਈਫ ਸੀ ਤੁਹਾਡੀ ਨਾ ਨਿਕਲ ਗਈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵਿਆਹ ਬਾਰੇ ਕੀ ਖਿਆਲ ਤੁਹਾਡਾ ਫਿਲਹਾਲ ਤਾਂ ਨਹੀਂ ਜੀ ਹਲੇ ਮੈਂ ਕਿਹਾ ਗਾਣੇ ਗੁਣੇ ਕਰ ਲਈਏ ਥੋੜਾ ਫਿਲਮਾਂ ਕਰ ਲਈਏ ਫੇਰ ਹੀ ਗਾਂ ਦੀ ਗੱਲ ਸੋਚਾਂਗੇ ਵੀ ਹਲੇ ਮੇਰਾ ਕੋਈ ਇਰਾਦਾ ਨਹੀਂ ਹੈਗਾ ਮੈਂ ਕੀ ਕਹਿੰਦਾ ਜੀ ਇੱਕ ਤੁਹਾਡਾ ਗਾਣਾ ਸੀ ਸਲੇਟ ਬਹੁਤ ਜ਼ਿਆਦਾ ਚੱਲਿਆ ਸੀ ਜਾਨ ਕਰਦੇ ਸਾਰੇ ਗਾਣੇ ਤੁਹਾਡੇ ਬਹੁਤ ਜ਼ਿਆਦਾ ਚੱਲ ਰਹੇ ਜੀ 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 ਸੁਣਨਾ ਚਾਹਾਂਗੇ ਤੁਹਾਡਾ ਜੀ ਜੀ ਉਹ ਤੇਰੇ ਘਰ ਨਾ ਮੈਂ ਇਕੱਲੇ ਇਕੱਲੇ ਆ ਗਿਆ ਉਹ ਕਰ ਤੂੰ ਮੈਂ ਲੀਕ ਗੱਲਾਂ ਸਾਰੀਆਂ ਲਪੇਟੀਆਂ ਚੇਤਿਆਂ ਮੈਨੂੰ ਚੇਤਿਆਂ ਤੇ ਛੋਟੀ ਹੁੰਦੀ ਕੀਤੀ ਸੀ ਸਲੇਟੀਆਂ ਚੇਤਿਆਂ ਤੇ ਸੋ ਇਹ ਇਹਨਾਂ ਦਾ ਸਲੇਟੀਆਂ ਗਾਣਾ ਸੀ ਜੋ ਦਰਸ਼ਕਾਂ ਨੇ ਜਿਸ ਨੂੰ ਬਹੁਤ ਜ਼ਿਆਦਾ ਪਿਆਰ ਲੈਣਾ ਸੀਗਾ ਸੋ ਜੀ ਹੁਣ ਆਪਾਂ ਗੱਲ ਕਰ ਲਈਏ ਤੁਸੀਂ ਬਾਹਰ ਜਾ ਰਹੇ ਤੇ ਉੱਥੇ ਗਾਣੇ ਦੀ ਸ਼ੂਟਿੰਗ ਕਰ ਤੁਹਾਡੀ ਹੋਣੀ ਆ ਤੇ ਪ੍ਰੋਗਰਾਮ ਇੱਥੇ ਆਪਣੇ ਪੰਜਾਬ ਦੇ ਵਿੱਚ ਕੋਈ ਤੁਹਾਨੂੰ ਪ੍ਰੋਗਰਾਮ ਵੀ ਚੱਲੀ ਜਾਂਦੇ ਨੇ ਹਾਂਜੀ ਚੱਲੀ ਜਾਂਦੇ ਨੇ ਪ੍ਰੋਗਰਾਮ ਕਬੱਡੀ ਟੂਰਨਾਮੈਂਟ ਚੱਲੀ ਜਾਂਦੇ ਆ ਵੈਡਿੰਗ ਸ਼ੋਅ ਚੱਲੀ ਜਾਂਦੇ ਆ ਜੀ ਚੱਲੀ ਜਾਂਦੇ ਆ ਜੀ ਪ੍ਰੋਗਰਾਮ ਤੇ ਜਿਵੇਂ ਹੁਣ ਜੇ ਆਪਾਂ ਗੱਲ ਕਰੀਏ ਲੋਕਾਂ ਦੇ ਸਹਿਯੋਗ ਦੀ ਕਿੰਨਾ ਕੁ ਸਹਿਯੋਗ ਮਿਲ ਰਿਹਾ ਠੀਕ ਹੈ ਜੀ ਜਿੰਨਾ ਕੁ ਲੋਕ ਪਿਆਰ ਕਰਦੇ ਸੀ ਠੀਕ ਆ ਆਪਾਂ ਨਾ ਮਤਲਬ ਆਪਾਂ ਨੂੰ ਇੰਨਾ ਨਹੀਂ ਵੀ ਕਿਸੇ ਨੇ ਆਪਣੇ ਆਹ ਗਾਣੇ ਸੁਣੇ ਵੀ ਆਪਾਂ ਨੂੰ ਜ਼ਿੰਦਗੀ ਦੀ ਸੰਤੁਸ਼ਟੀ ਆ ਬਾਬਾ ਜੀ ਨੇ ਸੰਤੁਸ਼ਟੀ ਆ ਪੂਰੀ ਰੱਬ ਤੋਂ ਸੰਤੁਸ਼ਟੀ ਆ ਵੀ ਜਿੰਨੇ ਗਾਣੇ ਚੱਲੇ ਆ ਠੀਕ ਆ ਆਪਾਂ ਬਹੁਰਾ ਵਾਂਗੂ ਕਰਦੇ ਇਹ ਕਰਦਾ ਉਹ ਕਰਦਾ ਜੀ ਪਰ ਠੀਕ ਆ ਬਈ ਜਿੰਨੇ ਕੁ ਚੱਲੇ ਆ ਸੰਤੁਸ਼ਟੀ ਆ ਜੀ ਆਪਣੇ ਮਨ ਦੀ ਸੋ ਜੇ ਗੱਲ ਕਰ ਲਈ ਆਪਾਂ ਗਾਣੇ ਇੱਕ ਤੁਹਾਨੂੰ ਪਤਾ ਹੀ ਲਾਈਨ ਇਸ ਤਰ੍ਹਾਂ ਦੀ ਆ ਇਸ ਦੇ ਵਿੱਚ ਕੋਈ ਗਾਣਾ ਕਿਸੇ ਦਾ ਚੋਰੀ ਕਰਨ ਆਉਂਦਾ ਕੋਈ ਹੈ ਨਾ ਮਤਲਬ ਕਿ ਕਿਸੇ ਦੇ ਕੋਈ ਚੀਜ਼ ਹਰ ਇੱਕ ਚੀਜ਼ ਦੇ ਵਿੱਚ ਹੁੰਦਾ ਵੀ ਸਾਰੀਆਂ ਚੀਜ਼ ਚੋਰੀ ਕਰਦੇ ਤੁਹਾਡੇ ਨਾਲ ਲਾਈਫ ਦੇ ਵਿੱਚ ਇਦਾਂ ਦਾ ਕੋਈ ਡਿਸਪਿਊਟ ਹੋਇਆ ਮੇਰੇ ਨਾਲ ਤਾਂ ਕੋਈ ਨਹੀਂ ਹੋਇਆ ਜੀ ਠੀਕ ਹੈ ਜੀ ਪੱਕਾ ਦੇਖ ਲਓ ਤੁਹਾਡੀ ਹਾਸੀ ਰਾਜ ਖੋਲਦੇ ਥੋੜੇ ਥੋੜੇ ਤੋਂ ਨਹੀਂ ਲੱਗਦਾ ਇਦਾਂ ਦਾ ਵਿੱਚ ਨਹੀਂ ਜੀ ਮੈਂ ਇਦਾਂ ਹੀ ਕਰ ਮਤਲਬ ਇਦਾਂ ਹੀ ਹੱਸਦਾ ਜੀ ਅੱਛਾ ਇੱਕ ਤੁਹਾਡੀ ਸਮਾਈਲ ਹੈ ਜਿਹੜੀ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੁੰਦੀ ਹੈ ਮੜਾ ਦਰਸ਼ਕਾਂ ਨੂੰ ਥੋੜਾ ਜਿਹਾ ਕਰਕੇ ਦਾ ਦਿਖਾਓ ਸਮਾਈਲ ਥੋੜੀ ਨਹੀਂ ਨਹੀਂ ਠੀਕ ਹੈ ਜੀ ਓਕੇ ਇੱਕ ਡਾਇਲੌਗ ਤੁਹਾਡਾ ਉਹ ਜਰੂਰ ਬੋਲੋ ਲਵ ਯੂ ਸ਼ਾਇਦ ਲਵ ਯੂ ਨੂੰ ਲੈ ਕੇ ਕੁਝ ਬੋਲਦੇ ਹੁੰਦੇ ਉਹ ਐਦਾਂ ਸੀਗਾ ਜੀ ਮੇਰੇ ਜਿੰਨੇ ਵੀ ਸਰੋਤੇ ਪਿਆਰ ਕਰਦੇ ਆ ਜੀ ਸਾਰਿਆਂ ਨੂੰ ਵੱਡਾ ਵੱਡਾ ਸਾਰਾ ਲਵ ਯੂ ਸੋ ਮੱਚ ਸੋ ਆਪਾਂ ਦੇਖੋ ਜਿਵੇਂ ਉਸਤਾਦ ਨਾਲ ਗੱਲਬਾਤ ਕਰ ਰਹੇ ਹਾਂ ਤੇ ਉਹਨਾਂ ਦੇ ਨਾਲ ਉਹਨਾਂ ਦੀ ਲਾਈਫ ਦੇ ਬਾਰੇ ਵੀ ਜਾਣ ਰਹੇ ਹਾਂ ਤੇ ਕੁਝ ਕੁ ਗੱਲਾਂ ਜਿਹੜੀਆਂ ਉਹ ਇਸ ਟਾਈਮ ਲੁਕੋ ਰਹੇ ਨੇ ਪਤਾ ਨਹੀਂ ਉਸਦੇ ਵਿੱਚ ਕੀ ਰਾਜ ਆ ਸੋ ਇੱਕ ਚੀਜ਼ ਜਿਹੜੀ ਇਹਨਾਂ ਦੀ ਬਹੁਤ ਜ਼ਿਆਦਾ ਲੋਕ ਪਸੰਦ ਕਰਦੇ ਨੇ ਇੱਕ ਅੱਖ ਚੱਕਦੇ ਹੁੰਦੇ ਨੇ ਥੋੜਾ ਜਿਹਾ ਦਰਸ਼ਕਾਂ ਨੂੰ ਦਿਖਾਓ ਥੋੜਾ ਰਾਜ ਥੋੜਾ ਕੀ ਹੈ ਇਹ ਸਿਰਫ ਵਰਲਡ ਦੇ ਵਿੱਚ ਹੀ ਸਿਰਫ ਦੋ ਬੰਦੇ ਹੀ ਚੱਕ ਸਕਦੇ ਆ ਇੱਕ ਦਾ ਰੌਕ ਹਾਲੀਵੁੱਡ ਐਕਟਰ ਤੇ ਇੱਕ ਵਰਲਡ ਵਾਈਡ ਫੇਮਸ ਹਰਮਨ ਚੀਮਾ ਜੀ ਹੋਰ ਕੋਈ ਨਹੀਂ ਚੱਕ ਸਕਦਾ ਕਰਕੇ ਦਿਖਾਓ ਨਾ ਦੇਖੋ ਇਹ ਹੈ ਨਾ ਵੀ ਇਹਨਾਂ ਦੇ ਵਿੱਚ ਕੁਆਲਿਟੀ ਆ ਇਹ ਵੀ ਮਤਲਬ ਕਿ ਇਹਨਾਂ ਦੇ ਕਹਿਣ ਦਾ ਮਤਲਬ ਸਿਰਫ ਦੋ ਇਨਸਾਨ ਹੀ ਇਹ ਅੱਖ ਨੂੰ ਚੱਕ ਸਕਦੇ ਨੇ ਨਹੀਂ ਕੋਈ ਨਹੀਂ ਕਰ ਸਕਦਾ ਇਦਾਂ ਦਾ ਜੀ ਜੀ ਸੋ ਜਿਵੇਂ ਹੁਣ ਮੈਂ ਤੁਹਾਨੂੰ ਪਹਿਲਾਂ ਕੁਐਸਚਨ ਕੀਤਾ ਸੀਗਾ ਕਿ ਲਾਈਫ ਦੇ ਵਿੱਚ ਇਦਾਂ ਦਾ ਸਮਾਂ ਵੀ ਆਉਂਦਾ ਜਿੱਦਾਂ ਕੋਈ ਗਾਣੇ ਚੋਰੀ ਹੋਣ ਨੂੰ ਲੈ ਕੇ ਲਾ ਲਓ ਕੋਈ ਤੁਹਾਡੀ ਚੀਜ਼ ਨੂੰ ਚੋਰੀ ਹੋ ਕੇ ਲੈਣ ਲਾ ਵੀ ਇਦਾਂ ਦਾ ਕੋਈ ਤੁਹਾਡੇ ਲਾਈਫ ਦੇ ਵਿੱਚ ਕੋਈ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਦਾਂ ਮੈਂ ਪਹਿਲੀ ਵਾਰ ਜੋ 2017 ਦੇ ਵਿੱਚ ਫੇਮਸ ਹੋਇਆ ਸੀ ਨਾ ਚਲੋ ਮੇਰੇ ਗਾਣੇ ਦੀ ਤੁੱਕ ਬੰਦੀ ਨਹੀਂ ਮਿਲਦੀ ਸੀ ਚਲੋ ਆਪਾਂ ਨੂੰ ਖੁਸ਼ੀ ਹੁੰਦੀ ਸੀ ਵੀ ਆਪਾਂ ਨੂੰ ਕੋਈ ਦੇਖ ਕੇ ਖੁਸ਼ ਹੁੰਦਾ ਹੈ ਨਾ ਉਸ 'ਚ ਜਿੱਦਾਂ ਦੀ ਮੈਂ ਚਲੋ ਠੀਕ ਸੀਗਾ ਨਾ ਜਿੱਦਾਂ ਮਰਜ਼ੀ ਮੈਂ ਗਾਣੇ ਗਾਏ ਮੇਰੀ ਤੁੱਕ ਬੰਦੀ ਨਹੀਂ ਮਿਲਦੀ ਸੀ ਪਰ ਉਹ ਗਾਣੇ ਠੀਕ ਸੀ ਜਿੰਨੇ ਕੁਛ ਸੀਗੇ ਹੈ ਨਾ ਵੀ ਓਕੇ ਸੀਗੇ ਹੈ ਨਾ ਪਰ ਉਹਦੇ 'ਚ ਜਿੰਨੇ ਵੀ ਮੈਂ ਗਾਣੇ ਗਾਏ ਉਹਨਾਂ ਦੇ ਵਿੱਚੋਂ ਕੁਛ ਕੁਛ ਕੁ ਲਾਈਨਾਂ ਕੁ ਚੱਕ ਚੱਕ ਕੇ ਨਾ ਮੈਂ ਕਿਸੇ ਸਿੰਗਰ ਦਾ ਨਾਮ ਨਹੀਂ ਲਊਂਗਾ ਉਹਦੇ 'ਚੋਂ ਕੁਛ ਕੁਛ ਲਾਈਨਾਂ ਚੱਕ ਕੇ ਹੈ ਨਾ ਮਤਲਬ ਤੁੱਕ ਬੰਦੀਆਂ ਚੱਕ ਕੇ ਲਾਈਨਾਂ ਚੱਕ ਕੇ ਗਾਣੇ ਦੇ ਵਿੱਚ ਪਾ ਕੇ ਕਾਫੀ ਜਣੇ ਆਪਣੇ ਨਾਮ ਪਾਏ ਮੈਂ ਨਾਮ ਨਹੀਂ ਲਊਂਗਾ ਕਲਾਕਾਰਾਂ ਦੇ ਬਹੁਤ ਵੱਡੇ ਨਾਮ ਨੇ ਉਹਨਾਂ ਦੇ ਮੈਂ ਨਾਮ ਨਹੀਂ ਲਊਂਗਾ ਕਾਫੀਆਂ ਨੇ ਕਿ ਮੇਰੀ ਪੁਰਾਣੀਆਂ ਵੀਡੀਓ ਸੀਗੀਆਂ ਉਹ ਵੀਡੀਓ ਦੇ ਵਿੱਚ ਇੱਕ ਇੱਕ ਦੋ ਦੋ ਲਾਈਨਾਂ ਚੱਕ ਕੇ ਉਹ ਆਪਣੇ ਪ੍ਰੋਫੈਸ਼ਨਲ ਗਾਣਿਆਂ ਦੇ ਵਿੱਚ ਪਾਏ ਉਹਨਾਂ ਨੂੰ ਚੱਲੇ ਵੀ ਆ ਗਾਣੇ ਹੈ ਨਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਅੱਛਾ ਸ਼ੁਰੂਆਤੀ ਗੱਲ ਕਰ ਲਈ ਜੋ ਤੁਸੀਂ ਸ਼ੁਰੂਆਤ ਕੀਤੀ ਸੀ ਤੁਸੀਂ ਵੀਡੀਓ ਪਾਉਂਦੇ ਸੀ ਆਪਦਾ ਆਪਦਾ ਸ਼ੌਂਕ ਹੁੰਦਾ ਹਰ ਇੱਕ ਨੂੰ ਆਪਣਾ ਸ਼ੌਂਕ ਪਗਾਉਣ ਦੇ ਲਈ ਮਤਲਬ ਕਿ ਆਪਣੀ ਲਾਈਫ ਅਸੀਂ ਆਪਦੇ ਤਰੀਕੇ ਨਾਲ ਜੀ ਸਕਦੇ ਹਾਂ ਛੋਟੀ ਜਿਹੀ ਗੱਲ ਜੇ ਆਪਾਂ ਕਰ ਲਈਏ ਕਿ ਜਦੋਂ ਤੁਸੀਂ ਵੀਡੀਓ ਪਾਉਂਦੇ ਸੀ ਤੁਹਾਨੂੰ ਲੋਕਾਂ ਨੇ ਬਹੁਤ ਜ਼ਿਆਦਾ ਗਲਤ ਬੋਲੇ ਜੀ ਜੀ ਨਾਰਮਲ ਮੈਨੇ ਨਹੀਂ ਮੈਨੇ ਕਿਸੇ ਹੀ ਇੰਟਰਵਿਊ ਦੇ ਵਿੱਚ ਤੁਹਾਡੀ ਸੁਣੀ ਹੋਣੀ ਇਹ ਚੀਜ਼ ਕਿ ਤੁਹਾਨੂੰ ਇਹ ਚੀਜ਼ ਪੁੱਛੀ ਗਈ ਹੋਈ ਜਾਂ ਦੱਸੀ ਗਈ ਹੋਈ ਤੁਹਾਡੇ ਵੱਲੋਂ ਹੈ ਨਾ ਕਿ ਲੋਕਾਂ ਨੇ ਤੁਹਾਨੂੰ ਬਹੁਤ ਜ਼ਿਆਦਾ ਗਲਤ ਬੋਲੇ ਅੱਜ ਦੀ ਘੜੀ ਦੇ ਵਿੱਚ ਵੀ ਲੋਕ ਗਲਤ ਬੋਲਦੇ ਨੇ ਕੀ ਕਹਿਣਾ ਚਾਹੋਗੇ ਅਜੇ ਲੋਕਾਂ ਨੂੰ ਵੀ ਜੋ ਮਤਲਬ ਕਿ ਛੋਟੀ ਜਗ੍ਹਾ ਤੋਂ ਉੱਠਦੇ ਨੇ ਉੱਪਰ ਹੁੰਦੇ ਨੇ ਜਦੋਂ ਮਿਹਨਤ ਕਰਦੇ ਨੇ ਤੁਸੀਂ ਬਹੁਤ ਮਿਹਨਤ ਕੀਤੀ ਹੈ ਨਾ ਉਸ ਬਾਰੇ ਕੀ ਕਹਿਣਾ ਚਾਹੋਗੇ ਪਰ ਠੀਕ ਹੈ ਜੀ ਲੋਕ ਵਧੀਆ ਪਸੰਦ ਕਰਦੇ ਆ ਉਹ ਵੀ ਠੀਕ ਆ ਜਿਹੜੇ ਨਹੀਂ ਪਸੰਦ ਕਰਦੇ ਉਹ ਵੀ ਠੀਕ ਆ ਪਰ ਆਪਾਂ ਨੂੰ ਆਪਣੇ ਸੰਤੁਸ਼ਟੀ ਹੈਗੀ ਜਦੋਂ ਮੇਰੀ ਕੋਈ ਵੀਡੀਓ ਆਉਂਦੀ ਆ ਨਾ ਕੋਈ ਵੀਡੀਓ ਆਉਂਦੀ ਆ ਮੈਨੂੰ ਖੁਸ਼ੀ ਹੁੰਦੀ ਆ ਆਪਣੇ ਆਪ ਨੂੰ ਕੋਈ ਬੰਦਾ ਦੁਖੀ ਆ ਜੀ ਜਿਹੜਾ ਮੈਨੂੰ ਦੇਖ ਕੇ ਹੱਸਦਾ ਹੈ ਇਹਨਾਂ ਵੀ ਕਾਫ
जी 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 सो ये आपां इन्हां नाल गलबात कर रहे हैं जिदा इन्हां ने अपनी लाइफ के बारे दस रहे हैं जी ते जी जी वीडियो जिवें हुण वायरल हुंदी सी तुहाडी जदों फस्ट वीडियो तुसीं पाई सी तुहानूं किन्नी कु खुशी हुई जदों वायरल हुई लोकां ने देखी उस तों बाद तुहानूं किसे चंगे इंसान ने हना अपने नाल जोड़िया ते अज तुहानूं इत्थे तक लिया के खड़ा करता जी जी ये अपना सारा फेरा मैं बनूंगा जी जगरूप चीमा जी साडे लुधियाणे तों तो साढ़े एक ग्रुप हों 2015-16 के मतलब मैं जिदा भी मतलब है ना तुकबंदी जी करके मेरी जुड़ती नहीं सारे इदा कहें चलो मैं अपने आप को मानता है ना भी उदा भी उदो फ्रेंड सर्कल सीगा मलेशिया वगैरह है ना सिंगापुर से उन्होंने को ग्रुप चलता हूँ वट्सअप का तो जिमें कहें भी सारे चीमा यूट्यूब तो फेमस हो जाता एक गल रोंग है जी मैं सारे दसना चाहता हाँ मैं पहली बार दस पहली बार अच्छ मैं इंटरव्यू दस रहा एक गल रोंग है जी मैं फेमस होया जी वट्सअप ग्रुप दी वीडियो तो जी मेरी वीडियो वह सब तो पहला वट्सअप ग्रुप से जाएगा उस तो बाद फेसबुक से जाएगा फिर यूट्यूब से जाएगा एक गल बिल्कुल रोंग आ कि हरमन चीमा यूट्यूब तो चलिया सब तो पहला मैं वट्सअप ग्रुप तो चलिया जी वट्सअप ग्रुप से मेरी वीडियो वायरल हुई उस तो बाद फेसबुक से हुई फिर यूट्यूब से हुई फिर इंस्टाग्राम से फिर टिकटॉक से इदा मतलब चलिया सारा सहरा मैं मनूंगा जी जगरूप चीमा जी लुधियाने तो उन्होंने बदौलत अपने इतने पहुंचे हाँ एक गल मैं उदो ही कर रही जो मैं फेमस होया उन्होंने मैं वायरल किया वधिया ठीक है जी आप कहीं पिछे नहीं जाते जी है ना भी अपनी यात्री हैगी पूज पूजी करी जाइए भी ठीक है जिहड़ा मिलता प्यार नाल मिलते हैं जी पर आप बाली किसी की पूछ पूछ नहीं करते जी ना किसी के पिछे जाइए है ना मेरे फोटो करा लो इदा इदा घर रही आप पटियाले मेरा घर है जी तो पटियाले मैं रहना हाँ मेरा घर हाँ मैं परिवार के नाल रहना मैं वधिया लगता है ना भी मैं ज़्यादा चंडी चंडीगढ़ मतलब घट ही रहना है ना रहना कि घाटा जाइना घाटा उ जो काम होंगे उदो ही जाइना नहीं मैं मतलब मेरा शहर ही वधिया लगता पटियाला शहर इस लाइन के हालात किन्ने को सुधरे ठीक है जी वधिया जी घर के हालात सुधर गए जी पहला तो चलो दिहाड़ी दुड़ी करने वाले थे हाँ जी हाँ भी हूँ वधिया ठीक है जी भी बाबे की कृपा नाल उठे आ काम जी 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 सो गाना जाते जाते दर्शकों को एक मिठा जहा गाना जरूर सुनाओ तुहाडा भी जिहड़े लोग पसंद कर रहे हैं गाने तो वैसे सारी पसंद कर रहे हैं नॉर्मल जी गल कोई गाना जिसके दो पैरे पूरे सुनाओ ता कि लोग इंजॉय कर सकन ये चीज जी 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 चलो मैं सुना दिंदा जी गाना जी कहिंदा ओ नेड़े होके सुन भी बस साडी हड बीती ओ फेल कराता बीए चो तू चंगी कीती ओ कह के चली नानके चोरी ब्याह करवाया यू आर वेरी बैड गर्ल सानू काढ़ ना पाया ओ छड़ जो होना हो गया लड्डू ब्याह दे लिया दे अज खड़ा मैं तेरे गेट ते बीबा आटा पा दे ओ कॉलेज विच ता मिलदी सांभणा हथ मिला के ओ याद ता करदी होवेगी सहुरे कर जाके ओ साध बन गया यार तेरा हथ फड़ के बाटे ओ चप्पलां कस गईयां मेरियां नाले लीड़े पाटे ओ टॉमी दी इक शर्ट ली वसदी जीन दवा दे अज खड़ा मैं तेरे गेट ते बीबा आटा पा दे ये लिखा है जी साडा मेरा वीर पटियाले तो कमल खरोड़ वीरे का गाना लिखा है मैं कर रहा जी तो होर भी बहुत घेंट घेंट गाने मतलब आप स्रोतों को परोस रहे हैं तो वधिया तरीके आ रहे हैं तो बहुत बहुत सारी टीम का धन्यवाद जी तो खुशप्रीत मैडम का बहुत बहुत धन्यवाद जी तो पेंडू जिहड़ा इन्हां दा यू ऑफिशियल यूट्यूब चैनल है उन्हां दा बहुत बहुत धन्यवाद सारी समुची टीम का बहुत बहुत धन्यवाद करदा जी थैंक यू सो देखो आपां चीमा उस्ताद नाल गलबात कीती उन्होंने अपने दिल दीआं गल्लां जिहड़ियां सांझियां कीतियां अज्ज आपां ने उन्हां दे नाल इह वी गल्लां सांझियां कीतियां कि लाइफ कित्थों शुरू हुई ते अज्ज उन्हां दी लाइफ कित्थे चल रही आ सो तुसीं मैनूं दिओ इजाज़त तुसीं देखदे रहो पेंडू न्यूज़ मीडिया धन्यवाद